ਸੱਚੀ ਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਾਹੁਲ ਕਾਲਾ ਸਵੇਰ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਇਆ ਤੇ ਜਿਹੜੀ ਖਬਰਾਂ ਹੋਣਗੀਆਂ ਇਹ ਵਿਜੀਲੈਂਸ ਦੀ ਕਾਰਵਾਈ ਦੇ ਉੱਪਰ ਹੈ ਤੁਸੀਂ ਦੇਖਿਆ ਹੋਵੇਗਾ ਕਿ ਸਵੇਰੇ ਦੇ ਵਿੱਚ ਮੰਤਰੀਆਂ ਸਾਬਕਾ ਮੰਤਰੀਆਂ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਖਿਲਾਫ ਜੋ ਵਿਜੀਲੈਂਸ ਨੇ ਕਾਰਵਾਈਆਂ ਕੀਤੀਆਂ ਤਾਂ ਹੁਣ ਇਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਵੀ ਮੁਸ਼ਕਲਾਂ ਵਧਣ ਜਾ ਰਹੀਆਂ ਨੇ ਤਾਂ ਇਸ ਤੋਂ ਪਹਿਲਾਂ ਵੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਜੀਲੈਂਸ ਵੱਲੋਂ ਤਾਂ ਹੁਣ ਵਿਜੀਲੈਂਸ ਨੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਉਸ ਦੇ ਸੀਐਮ ਰਹਿੰਦੇ ਹੋਏ ਜੋ ਜੋ ਕੰਮ ਕੀਤੇ ਗਏ ਨੇ ਜਿਵੇਂ ਗ੍ਰਾਂਟਾਂ ਵੰਡੀਆਂ ਗਈਆਂ ਜਾਂ ਫਿਰ ਪੁਲਿਸ ਕਰਮਚਾਰੀਆਂ ਦੀਆਂ ਨਿਯੁਕਤੀਆਂ ਕੀਤੀਆਂ ਗਿਆ ਤਾਂ ਉਸ ਮਾਮਲੇ ਦੇ ਵਿੱਚ ਵਿਜੀਲੈਂਸ ਨੂੰ ਵੱਡੀਆਂ ਤਾਂਦ ਲੀਆਂ ਹੋਣ ਦਾ ਖਦਸ਼ਾ ਤੇ ਇਸ ਕਰਕੇ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਵੀ ਜਾਂਚ ਦੇ ਵਿੱਚ ਬੁਲਾਇਆ ਜਾ ਸਕਦਾ ਹੈ ਤਾਂ ਇਹ ਪੂਰਾ ਮਾਮਲਾ ਕੀ ਹੈ ਕਿ ਦਰਅਸਲ ਜਦੋਂ ਚਰਨਜੀਤ ਸਿੰਘ ਚੰਨੀ 3 ਮਹੀਨੇ ਦੇ ਲਈ ਸੀਐਮ ਹੁੰਦੇ ਆ ਤਾਂ ਉਹਨਾਂ ਦੇ ਉੱਪਰ ਇਲਜ਼ਾਮ ਲੱਗਦੇ ਕੀ ਆਪਣੀ ਮਨਮਰਜ਼ੀ ਦੇ ਨਾਲ ਆਪਣੀ ਜਾਣ ਪਛਾਣ ਦੇ ਵਾਲੇ ਜਿਹੜੇ ਪੁਲਿਸ ਮੁਲਾਜ਼ਮ ਹੈ ਉਹਨਾਂ ਦੀਆਂ ਭਰਤੀਆਂ ਕਰਵਾਈਆਂ ਗਈਆਂ ਤਾਂ ਇਹ ਤਕਰੀਬਨ 100 ਅਜਿਹੇ ਪੁਲਿਸ ਮੁਲਾਜ਼ਮ ਹੈ ਪੁਲਿਸ ਕਰਮੀ ਹੈ ਜਿਨ੍ਹਾਂ ਨੂੰ ਨਿਯੁਕਤੀਆਂ ਕੀਤੀਆਂ ਗਈਆਂ ਸਪਾਰਸ਼ ਦੇ ਆਧਾਰ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਟੈਸਟ ਜਾਂ ਕੋਈ ਹੋਰ ਸਿਲੇਬਸ ਦੇ ਤੌਰ ਦੇ ਉੱਪਰ ਜਾ ਕੇ ਕਵਰ ਨਹੀਂ ਕੀਤਾ ਗਿਆ ਬਲਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਜਾਣ ਪਛਾਣ ਜਾਂ ਫਿਰ نزدਕੀਆਂ ਦੇ ਜਿਹੜੇ ਰਿਸ਼ਤੇਦਾਰਾਂ ਦੇ ਮੁੰਡੇ ਸੀ ਜਾਂ ਫਿਰ ਕੁੜੀਆਂ ਸੀ ਜਾਂ ਅਜਿਹੇ ਪੁਲਿਸ ਮੁਲਾਜ਼ਮ ਸੀ ਜਿਨ੍ਹਾਂ ਦੀਆਂ 100 ਦੇ ਕਰੀਬ ਵਰਤੀਆਂ ਅਜਹੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਤਾਂਦਲੀਆਂ ਪਾਈਆਂ ਗਈਆਂ ਵਿਜੀਲੈਂਸ ਵੱਲੋਂ ਤੇ ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਨੇ ਜਦੋਂ ਸੀਐਮ ਰਹਿੰਦੇ ਹੋਏ ਜਿਹੜੇ-ਜਿਹੜੇ ਜ਼ਿਲ੍ਹੇ ਦੇ ਵਿੱਚ ਵਿਗੇ ਆ ਉੱਥੇ ਜੋ ਗ੍ਰਾਂਟਾਂ ਵੰਡੀਆਂ ਤਾਂ ਉਹਨਾਂ ਦੀ ਜਿਹੜੀ ਕਰ ਦੇਖੇ ਜਾਵੇ ਤਾਂ ਤਕਰੀਬਨ 1100 ਕਰੋੜ ਰੁਪਇਆ ਇਹਨਾਂ ਗ੍ਰਾਂਟਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਵੱਲੋਂ 3 ਮਹੀਨਿਆਂ ਦੇ ਅੰਦਰ ਵਕ-ਵਕ ਜ਼ਿਲ੍ਹਿਆਂ ਨੂੰ ਵੰਡਿਆ ਗਿਆ ਸੀ ਤਾਂ ਇਸ ਮਾਮਲੇ ਦੀ ਜਾਂਚ ਵੀ ਜਿਹੜੀ ਹੈ ਵਿਜੀਲੈਂਸ ਕਰੇਗੀ ਕਿ 1100 ਕਰੋੜ ਰੁਪਇਆ ਆਖਰ ਦਿੱਤਾ ਕਿੱਥੇ ਹੈ ਔਰ ਕਿੱਥੇ ਲੱਗਿਆ ਕਿਸ ਦੀ ਵਰਤੋਂ ਕੀਤੀ ਗਈ ਹੈ ਕਿਸ ਪੈਸੇ ਦੀ ਕਿਵੇਂ ਵਰਤੋਂ ਕੀਤੀ ਗਈ ਹੈ ਤਾਂ ਇਹ ਮਾਮਲੇ ਦੇ ਵਿੱਚ ਹੁਣ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਵਿਜੀਲੈਂਸ ਕਾਰਵਾਈ ਕਰ ਸਕਦੀ ਹੈ ਔਰ ਰੈਡਾਰ ਦੇ ਉੱਪਰ ਹੈ ਵਿਜੀਲੈਂਸ ਦੇ ਰੈਡਾਰ ਦੇ ਉੱਪਰ ਹੈ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਇਸ ਤੋਂ ਪਹਿਲਾਂ ਕਈ ਮੰਤਰੀ ਕਈ ਸਾਬਕਾ ਮੰਤਰੀ ਕਈ ਵਿਧਾਇਕ ਤੇ ਨਾਲ ਦੀ ਨਾਲ ਕਈ ਸਾਬਕਾ ਵਿਧਾਇਕਾਂ ਦੇ ਖਿਲਾਫ ਵੀ ਵਿਜੀਲੈਂਸ ਨੇ ਮੋਰਚਾ ਆਪਣਾ ਖੋਲਿਆ ਹੋਇਆ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਵਿਜੀਲੈਂਸ ਦਾ ਸ਼ਡਿਊਲ ਦੇਖਿਆ ਜਾਵੇ ਤਾਂ ਅੱਜ ਯਾਨੀ ਕਿ 16 ਮਾਰਚ ਨੂੰ ਦਲਵੀਰ ਗੋਲਡੀ ਬੁਲਾਇਆ ਗਿਆ ਪੁਸ਼ਕਿਸ਼ ਦੇ ਲਈ ਆਮਦਨ ਤੋਂ ਵੱਧ ਜ਼ਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਦਲਵੀਰ ਗੋਲਡੀ ਨੂੰ ਤਲਬ ਕੀਤਾ ਹੋਇਆ ਤਾਂ ਕੱਲ ਯਾਨੀ ਕਿ 17 ਮਾਰਚ 17 ਮਾਰਚ ਨੂੰ ਵਿਜੇ ਇੰਦਰ ਸਿੰਘਲਾ ਜੋ ਸਿੱਖਿਆ ਮੰਤਰੀ ਰਹਿ ਚੁੱਕੇ ਨੇ ਕੈਪਟਨ ਦੀ ਸਰਕਾਰ ਦੇ ਵਿੱਚ ਲੋਕ ਨਿਰਮਾਣ ਵਿਭਾਗ ਮੰਤਰੀ ਰਹਿ ਚੁੱਕੇ ਚਰਨਜ ਸਿੰਘ ਚੰਨੀ ਦੀ ਸਰਕਾਰ ਦੇ ਵਿੱਚ ਤਾਂ ਉਹਨਾਂ ਨੂੰ 17 ਮਾਰਚ ਲਈ ਤਲਬ ਕੀਤਾ ਹੋਇਆ ਵਿਜੇ ਇੰਦਰ ਸਿੰਘਲਾ ਦੇ ਖਿਲਾਫ ਵੀ ਆਮਦਨ ਤੋਂ ਵੱਧ ਜ਼ਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਕਾਰਵਾਈ ਕਰ ਰਹੀ ਹੈ ਤਾਂ ਦੇ ਪਾਸੇ 20 ਮਾਰਚ ਨੂੰ 20 ਮਾਰਚ ਨੂੰ ਜਿਹੜੇ ਆ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਨਾਲ ਦੀ ਨਾਲ ਆਈਐਸ ਅਫਸਰ ਤੋਂ ਸਿਆਸਤ ਦੇ ਵਿੱਚ ਆਏ ਕੁਲਦੀਪ ਵੈਦ ਉਸ ਦੇ ਖਿਲਾਫ 20 ਮਾਰਚ ਨੂੰ ਤਲਬ ਕੀਤਾ ਹੋਇਆ ਤਾਂ ਇਸ ਤੋਂ ਪਹਿਲਾਂ ਵਿਜੀਲੈਂਸ ਨੇ ਕੁਲਦੀਪ ਵੈਦ ਦੇ ਘਰ ਲੁਧਿਆਣਾ ਦੇ ਵਿੱਚ ਦਫ਼ਤਰ ਦੇ ਅੰਦਰ ਘਰ ਦੇ ਅੰਦਰ ਤੇ ਰੈਸਟੋਰੈਂਟ ਦੇ ਅੰਦਰ ਖੰਗਾਲੇ ਸੀ ਛਾਪੇਮਾਲੀ ਕੀਤੀ ਸੀ ਰੇਡ ਕੀਤੀ ਸੀ ਤਾਂ ਇਸ ਦੇ ਦੌਰਾਨ ਵਿਜੀਲੈਂਸ ਨੂੰ ਤਕਰੀਬਨ 73 ਵਿਦੇਸ਼ੀ ਤੇ ਚੰਡੀਗੜ੍ਹ ਬ੍ਰਾਂਡ ਦੀਆਂ ਚੰਡੀਗੜ੍ਹ ਮਾਰਕੀ ਦੀਆਂ ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ ਸੀ ਜਿਸ ਤੋਂ ਬਾਅਦ ਐਕਸਾਈ ਇਸ ਐਕਟ ਦੇ ਤਹਿਤ ਅ ਕੁਲਦੀਪ ਵੈਦ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਫਿਰ ਉਸ ਤੋਂ ਬਾਅਦ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਕਰਨ ਦੇ ਲਈ ਰੇਡ ਕੀਤੀ ਸੀ ਪਰ ਬੋਤਲਾਂ ਬਰਾਮਦ ਹੋਈਆਂ ਤਾਂ ਹੁਣ ਵਿਜੀਲੈਂਸ ਕੁਲਦੀਪ ਵੈਦ ਤੋਂ ਆਈਐਸ ਰਹਿੰਦੇ ਹੋਏ ਆਪਣੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਕੀ ਕੰਮ ਕੀਤੇ ਹੈ ਇਸ ਦੀ ਜਾਂਚ ਪੜਤਾਲ ਕਰਨ ਦੇ ਲਈ ਵਿਜੀਲੈਂਸ ਨੇ ਕੁਲਦੀਪ ਵੈਦ ਨੂੰ 20 ਮਾਰਚ ਨੂੰ ਸੱਦਿਆ ਹੋਇਆ 16 ਮਾਰਚ ਨੂੰ ਗੁਲਦਲਵੀਰ ਗੋਲਡੀਆ 17 ਮਾਰਚ ਨੂੰ ਵਿਜੇਂਦਰ ਸਿੰਘਲਾ ਤੇ 20 ਮਾਰਚ ਨੂੰ ਕੁਲਦੀਪ ਵੈਦ ਬੁਲਾਏ ਗਏ ਨੇ ਤਲਬ ਕੀਤਾ ਗਿਆ ਪੁਛ ਪੜਤਾਲ ਪੁਛ ਪੜਤਾਲ ਦੇ ਲਈ ਵਿਜੀਲੈਂਸ ਨੇ ਬੁਲਾਇਆ ਹੋਇਆ ਆਪਣੇ ਦਫਤਰ ਦੇ ਵਿੱਚ ਤਾਂ ਹੁਣ ਸીએਮ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਉਹਨਾਂ ਨੂੰ ਵੀ ਜਾਂਚ ਦੇ ਵਿੱਚ ਬੁਲਾਇਆ ਜਾ ਸਕਦਾ ਹੈ ਔਰ ਇਹਨਾਂ ਦੇ ਉੱਪਰ ਇਲਜ਼ਾਮ ਹੈ ਕਿ ਜੋ ਆਪਣੇ ਕਾਰਜਕਾਲ ਦੇ ਦੌਰਾਨ 100 ਦੇ ਕਰੀਬ ਪੰਜਾਬ ਪੁਲਿਸ ਦੇ ਵਿੱਚ ਨਿਯੁਕਤੀਆਂ ਕੀਤੀਆਂ ਗਈਆਂ ਭਰਤੀਆਂ ਕੀਤੀਆਂ ਗਈਆਂ ਉਹਨਾਂ ਦੇ ਖਿਲਾਫ ਜਾਂਚ ਕੀਤੀ ਗਈ ਹੈ ਤੇ ਨਾਲ ਦੀ ਨਾਲ ਜੋ ਚਰਨਜੀਤ ਸਿੰਘ ਚੰਨੀ ਨੇ ਗ੍ਰਾਂਟਾਂ ਪਿੰਡਾਂ ਦੇ ਵਿੱਚ ਵੰਡੀਆਂ ਜ਼ਿਲ੍ਹਿਆਂ ਦੇ ਵਿੱਚ ਵੰਡੀਆਂ ਤਕਰੀਬਨ 1100 ਕਰੋੜ ਰੁਪਏ ਦੀਆਂ ਗ੍ਰਾਂਟਾਂ ਉਹ ਵੀ ਮਾਮਲੇ ਦੇ ਵਿੱਚ ਉਸ ਮਾਮਲੇ ਦੇ ਵਿੱਚ ਵੀ ਵਿਜੀਲੈਂਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਪੰਜਾਬ ਦੇ ਵਿੱਚ ਕਾਂਗਰਸ ਦੇ ਸਭ ਤੋਂ ਵੱਧ ਕਾਂਗਰਸ ਦੇ ਕਈ ਲੀਡਰ ਜਿਹੜੇ ਆ ਵਿਜੀਲੈਂਸ ਦੀ ਰਡਾਰ ਦੇ ਉੱਪਰ ਹੈ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਬਕਾ ਮੰਤਰੀਆਂ ਨੂੰ ਤਾਂ ਉਹਨਾਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਹੋ ਗਏ ਫਿਰ ਉਸ ਤੋਂ ਇਲਾਵਾ ਸੁੰਦਰ ਸ਼ਾਮ ਅਰੋੜਾ ਜੋ ਵਿਜੀਲੈਂਸ ਨੂੰ ਆਪਣੇ ਖਿਲਾਫ ਕਾਰਵਾਈਆਂ ਤੋਂ ਬਚਣ ਦੇ ਲਈ 50 ਲੱਖ ਰੁਪਏ ਰਿਸ਼ਵਤ ਦਿੰਦੇ ਫੜੇ ਗਏ ਸੀ ਤਾਂ ਇਸ ਤੋਂ ਇਲਾਵਾ ਸਾਧੂ ਸਿੰਘ ਧਰਮਸੋਤ ਹੈ ਜੰਗਲਾਤ ਵਿਭਾਗ ਦੇ ਜਦੋਂ ਮੰਤਰੀ ਸੀ ਤਾਂ ਉਹਨਾਂ ਦੇ ਖਿਲਾਫ ਦੇ ਨਾਲ ਦੀ ਨਾਲ ਹੁਣ ਜਿਹੜਾ ਹੈ ਸਰੰਜ ਸਿੰਘ ਚੰਨੀ ਨੂੰ ਵੀ ਵਿਜੀਲੈਂਸ ਜਲਦ ਹੀ ਤਲਬ ਕਰ ਸਕਦੀ ਹੈ ਇਹ ਦੋ ਮਾਮਲਿਆਂ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਵਿੱਚ ਜੋ 1100 ਦੇ ਕਰੀਬ ਮਾਫ ਕਰਨਾ 100 ਦੇ ਕਰੀਬ ਭਰਤੀਆਂ ਕੀਤੀਆਂ ਗਈਆਂ ਤੇ ਨਾਲ ਦੀ ਨਾਲ 1100 ਕਰੋੜ ਰੁਪਏ ਦੀਆਂ ਜੋ ਗਰੰਟਾ ਵੰਡੀਆਂ ਕਿੱਥੇ ਲਗਾਈਆਂ ਕਿਵੇਂ ਲਗਾਈਆਂ ਵਿਜੀਲੈਂਸ ਹੋਣਾ ਇਹ ਸਾਰੇ ਘਟਨਾਕਰਮ ਤੋਂ ਹਿਸਾਬ ਜਿਹੜੀ ਹੈ ਉਹ ਲਵੇਗੀ ਚਰਨਜੀਤ ਸਿੰਘ ਚੰਨੀ ਤੋਂ